ਵਾਹਿਗੁਰੂ जी का खालसा वाहिगुरू जी फतेह। आ हुण असीं दूजे पासे आए हाँ, साडे वीर ने ਚੱਕ ਸਰਾਏ ਤੋਂ ਇਹ वैरायटी है जी PR 26 है जी। किन्ने दिन हो गए जी आप बैठिया नूं? 8 दिन हो गए जी बैठिया नूं। आ जिथे मैं कैमरा मैन कहूँ पिछले पासे सारियां टैगियां दिखा दो। ये PR 26 जीरी आ जिहड़ी साडे CM साहब ने आप सिफारिश करके लवाई आ भी घट समा ते घट पराली ते घट पानी लैंदी आ। तां साडी ये भी दसदे सिफतां करदे भी इन्नी साडी बिजली बच गई इहदे नाल PR 26 नाल। ਉਹ ਵੈਰਾਈਟੀ ਬੀਜ ਕੇ ਸਾਡੇ ਕਿਸਾਨ ਪਛਤਾ ਰਹੇ ਨੇ, ਲੁੱਟੇ ਜਾ ਰਹੇ ਨੇ। 300 ਪ੍ਰਤੀ ਕੁਆਂਟਲ ਦੀ RS ਐਗਰੋ ਜਿਹੜਾ ਚੱਕ ਸਰਾਇਆ ਉਹ PR 26 ਦੀ ਕਾਟ ਭਾਲ ਰਿਹਾ ਜੀ। ਕਿੰਨੀ ਭਾਲ ਰਿਹਾ ਜੀ? ਕਿੰਨੀ ਭਾਲ ਆ ਥੋਡੀਆਂ ਨਾ ਜੀ ਸਾਰੀ ਦੋਨਾਂ ਦੀ? 300 ਰੁਪਿਆ ਭਾਲ ਰਿਹਾ। ਕਹਿੰਦਾ ਅੱਜੇ ਭਰ ਦਿੰਦਾ, ਅੱਜੇ ਭਰ ਦਿੰਦਾ। 300 ਰੁਪਿਆ ਲੈ ਕੇ ਕਹਿੰਦਾ ਅੱਜੇ ਭਰ ਦਿੰਨੇ ਆ। ਜਿਹੜਾ ਇਹਦਾ ਮੌਚਰ ਆ ਉਹ किन्ना मौचर आ रहा जी? 14-15 आ रहा। थोड़ा इन्ना ही आउंदा 13-14 मौचर आ रहा। PR 26 वैरायटी आ तां ओह इत्थे फोकल पॉइंट मंडी मौजूदा पूरी लुट चल रही आ। पूरा लुटिया जा रहा किसानां नूं, उहनां नूं मानसिक तौर दे उत्ते सैट कर लिया जांदा भी हां तेरा झोना मिट्टी आ तां 6 महीने पुत्तां वांगू पाल के फसल ਅਸੀਂ ਇਹਨਾਂ ਨੂੰ ਭੋਲੇ ਭਾਅ ਚੁਕਾ ਦਈਏ। ਸਾਡੇ ਤਾਂ ਖਰਚੇ ਵੀ ਪੂਰੇ ਨਹੀਂ ਹੁੰਦੇ। ਅੱਜ ਦੀਵਾਲੀ ਦਾ ਤਿਉਹਾਰ ਆ ਤਾਂ ਕਿਸਾਨ ਅੱਜ ਮੰਡੀ 'ਚ ਰੋਲੇ ਜਾ ਰਹੇ ਨੇ। ਤਾਂ ਇਹ CM ਸਾਹਿਬ ਭੁੱਲਣਗੇ ਨਹੀਂ ਕਿਸਾਨ, ਤੁਹਾਨੂੰ ਇਹ ਤੁਹਾਨੂੰ ਯਾਦ ਰੱਖਣਗੇ। ਤੇ ਅੱਜ ਇਹ ਤੁਹਾਨੂੰ ਯਾਦ ਰੱਖਣਗੇ ਵੀ ਦੀਵਾਲੀ ਵਾਲੇ ਦਿਨ ਅਸੀਂ ਰਾਤਾਂ ਕੱਟੀਆਂ ਸੀ। ਜਿਹੜਾ ਕੋਈ ਕਿਸਾਨ ਵੇਚ ਕੇ ਵੀ ਜਾਊਗਾ, ਘਾਟਾ ਪਾ ਕੇ ਵੇਚ ਕੇ ਜਾਊਗਾ, ਉਹ ਵੀ ਤੁਹਾਨੂੰ ਯਾਦ ਰੱਖੂਗਾ। ਜੇ ਕੋਈ ਘਰੇ ਚਲੇ ਵੀ ਜਾਂਦਾ ਤਾਂ ਉਹ ਘਾਟਾ ਪਾ ਕੇ ਵੇਚ ਕੇ ਜਾਊਗਾ। ਪਰ ਸਾਡੇ ਪ੍ਰਸ਼ਾਸਨ, ਮੈਂ ਫੇਰ ਕਹਿ ਦਵਾਂ, ਸਮਰਾਲਾ ਪ੍ਰਸ਼ਾਸਨ ਸਾਡਾ ਬਿਲਕੁਲ ਸੁੱਤਾ ਪਿਆ। ਇਹ ਉਦਣ ਜਾਗਣਗੇ ਜਿੱਦਣ ਅਸੀਂ ਚੰਡੀਗੜ੍ਹ ਰੋਡ ਤੇ ਬੈਠਾਂਗੇ। ਓਏ ਉਦਣ ਬੋਲਣਗੇ, ਉਦਣ ਆਉਣਗੇ ਸਾਨੂੰ ਦੱਸਣਾ ਸੀਗਾ ਜੀ ਤੁਸੀਂ। ਤੇ ਅੱਜ ਅਸੀਂ ਵੀਡੀਓ ਪਾ ਕੇ ਦੱਸ ਰਹੇ ਹਾਂ ਵੀ ਇਹ PR 26 ਵੈਰਾਈਟੀ ਵੀ ਆ 6-7 ਢੇਰੀਆਂ ਪਈਆਂ ਨੇ। ਸਾਰਿਆਂ ਦਾ ਹੀ 300 ਰੁਪਇਆ ਪ੍ਰਤੀ ਕੁਆਂਟਲ ਦੀ ਕਾਟ ਲਾ ਕੇ ਮੰਗਿਆ ਜਾ ਰਿਹਾ। ਤਾਂ 10 ਦਿਨ ਉਹਨਾਂ ਨੂੰ, ਕਿਸੇ ਨੂੰ 10 ਦਿਨ ਹੋ ਗਏ, ਕਿਸੇ ਨੂੰ 8 ਦਿਨ ਹੋ ਗਏ ਬੈਠੇ ਨੂੰ। ਕੋਈ ਵੈਰਾਈਟੀ ਦਾ ਮਸਲਾ ਨਹੀਂ। PR 26 ਨੂੰ ਵੀ ਉਹੀ ਕੁਝ ਕਹਿ ਰਹੇ ਨੇ, ਹੋਰ ਵੈਰਾਈਟੀਆਂ ਨੂੰ ਵੀ 300 ਰੁਪਇਆ ਕਾਟ ਕਹਿ ਰਹੇ ਨੇ। ਤਾਂ ਮੜਾ ਜਾਗੋ, मैं प्रशासन ਨੂੰ ਬੇਨਤੀ ਕਰਦਾ ਜਾਗੋ, पर ਇਹਦਾ ਹੱਲ ਕਰੋ। ਮਾਛੂਵਾੜਾ ਸਾਹਿਬ भी ਹੋਇਆ ਸੀ, ਉਹ ਸਾਡੇ ਮਾਰਕ ਫੈਡ ਦੇ ਇੰਸਪੈਕਟਰ ਦਾ ਫੋਨ ਹੀ ਨਹੀਂ ਚੱਕਦੇ, ਫੋਨ ਕੱਟ ਦਿੰਦੇ ਨੇ, ਬਿਜੀ ਕਰ ਦਿੰਦੇ ਨੇ। ਤਾਂ ਇੱਥੇ ਤੱਕ ਇਹਨਾਂ ਦੇ ਹਾਲਾਤ ਬਣੇ ਹੋਏ ਨੇ, ਰਲੇ ਹੋਏ ਨੇ ਸਾਰੇ। ਇਹ ਇਹਨਾਂ ਨਾਲ ਰਲ ਕੇ ਲੁੱਟ ਕਰਾਈ ਜਾ ਰਹੀ ਆ, ਕਿਸਾਨ ਨੂੰ ਲੁੱਟਿਆ ਜਾ ਰਿਹਾ। ਤੇ ਮੈਂ ਬੇਨਤੀ ਕਰੂੰਗਾ ਫਿਰ ਪ੍ਰਸ਼ਾਸਨ ਨੂੰ ਵੀ ਇਹਦਾ ਕੋਈ ਮਸਲੇ ਦਾ ਹੱਲ ਕਰ ਦਿਓ, ਨਹੀਂ ਫਿਰ ਸਾਨੂੰ ਮਜਬੂਰ ਹੋ ਕੇ, ਦੁਖੀ ਹੋ ਕੇ ਕਿਸਾਨ ਨੂੰ ਸੜਕਾਂ ਤੇ ਬੈਠਣਾ ਪਊ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ